प्यारे बच्चों आज जो सीखिए आज दी स्लाइड बच्चों आज दी स्लाइड बहुत ही रोचक जानकारी लेके आई है तो बच्चों आज दा दिन है मंगलवार आज दी मिति है 11 अगस्त 2020 आज दा विचार तो बच्चों आज दा विचार है हर दिन सानू एक नया मौका प्रदान करता है हां जी बच्चों बहुत बढ़िया है आज का विचार देखो हर दिन नया है यह मुश्किल वाला जरूर हो सकता है परंतु हमेशा बढ़िया होता है बस जे तुसी दिन नु सकारात्मकता ਨਾਲ ਨਿਭਾਉਂਦੇ ਹੋ ਤਾਂ ਇਹ ਤੁਹਾਨੂੰ ਰਾਹਤ ਦੀ ਭਾਵਨਾ ਦਿੰਦਾ ਹੈ ਬੱਚਿਓ ਇਹ ਜ਼ਿੰਦਗੀ ਫੁੱਲਾਂ ਦੀ ਸੇਜ ਹੈ ਮੁਸ਼ਕਿਲ ਬਾਰੇ ਸੋਗ ਕਰਨ ਦੀ ਬਜਾਏ ਦਲੇਰ ਦਿਲ ਅਤੇ ਸਾਫ਼ ਦਿਮਾਗ ਨਾਲ ਹਰ ਨਵੇਂ ਦਿਨ ਵਿੱਚ ਆਪਣਾ ਕਦਮ ਰੱਖੋ ਕੱਲ ਜੋ ਬੀਤ ਗਿਆ ਸੋ ਬੀਤ ਗਿਆ ਪਰ ਅੱਜ ਵਧੀਆ ਕੰਮ ਕਰਨ ਦਾ ਤੁਹਾਡੇ ਕੋਲ ਮੌਕਾ ਹੈ ਸਾਨੂੰ ਆਪਣੀਆਂ ਚੋਣਾਂ ਅਨੁਸਾਰ ਸਿੱਜਾ ਨੂੰ ਨਵੀਨ ਕਰਨ ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਹਰ ਦਿਨ ਨਵੇਂ ਸਿਰੇਓ ਸ਼ੁਰੂਆਤ ਕਰਨ ਦਾ ਨਵਾਂ ਮੌਕਾ ਹੁੰਦਾ ਹੈ ਆਪਣੇ ਆਪ ਨੂੰ ਸੁਧਾਰਨ ਦਾ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ ਇਸ ਲਈ ਬੱਚਿਓ ਹਰ ਦਿਨ ਸਾਨੂੰ ਇੱਕ ਨਵਾਂ ਮੌਕਾ ਪ੍ਰਦਾਨ ਕਰਦਾ ਹੈ ਅਤੇ ਇਸ ਮੌਕੇ ਦਾ ਸਾਨੂੰ ਪੂਰਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ ਚਲੋ ਅੱਗੇ ਵਧੀਏ ਗਿਆਨ ਵਿਗਿਆਨ ਦੇ ਪ੍ਰਸ਼ਨਾਂ ਵੱਲ ਤਾ ਬੱਚਿਓ ਗਿਆਨ ਵਿਗਿਆਨ ਦਾ ਪਹਿਲਾ ਪ੍ਰਸ਼ਨ ਹੈ ਬਾਬਾ ਸਾਹਿਬ ਕਿਸ ਦੇਸ਼ ਭਗਤ ਨੂੰ ਕਿਹਾ ਜਾਂਦਾ ਹੈ ਤਾਂ ਬੱਚਿਓ ਇਸ ਦਾ ਸਹੀ ਉੱਤਰ ਹੈ ਭੀਮrao ਅੰਬੇਦਕਰ ਜੀ ਨੂੰ ਹਾਂਜੀ ਬੱਚਿਓ ਇਹਨਾਂ ਬਾਰੇ ਥੋੜੀ ਜਾਣਕਾਰੀ ਲਓ ਭੀਮrao ਅੰਬੇਦਕਰ ਜੀ ਦਾ ਜਨਮ 14 ਅਪ੍ਰੈਲ 1891 ਈਸਵੀ ਵਿੱਚ ਸ਼ਹਿਰ ਮਹਾਉ ਜੋ ਕਿ ਹੁਣ ਮੱਧ ਪ੍ਰਦੇਸ਼ ਵਿੱਚ ਹੈ ਵਿਖੇ ਹੋਇਆ ਇਹ ਇੱਕ ਭਾਰਤੀ ਕਾਨੂੰਨ ਸਾਜ਼ ਅਰਥਸ਼ਾਸਤਰੀ ਰਾਜਨੀਤੀਵਾਨ ਅਤੇ ਸਮਾਜ ਸੁਧਾਰਕ ਸੀ ਇਹਨਾਂ ਨੇ ਦਲਿਤ ਵਰਗ ਲਹਿਰ ਨੂੰ ਪ੍ਰੇਰਿਤ ਕੀਤਾ ਭਾਵ ਇਹਨਾਂ ਨੇ ਦਲਿਤ ਵਰਗਾਂ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਇਹੇ ਭਾਰਤੀ ਸੰਵਿਧਾਨ ਦੇ ਨਿਰਮਾਤਾ 29 ਅਗਸਤ 1947 ਨੂੰ ਇਹਨਾਂ ਨੇ ਖਰੜਾ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਇਹਨਾਂ ਨੇ 60 ਦੇਸ਼ਾਂ ਦੇ ਸੰਵਿਧਾਨ ਦੀ ਪੜਾਈ ਕੀਤੀ ਹੋਈ ਹੈ ਇਹਨਾਂ ਨੇ ਜਾਤ ਪਾਤ ਝੂਆਛਾਤ ਆਪਦੀ ਸਮਾਜਿਕ ਬੁਰਾਈਆਂ ਦਾ ਨਾਮ ਨਿਸ਼ਾਨ ਖਤਮ ਕਰ ਦਿੱਤਾ ਅਤੇ ਅਖੀਰ ਡਾਇਬਟੀਜ਼ ਦੇ ਮਰੀਜ਼ ਹੋਣ ਕਰਕੇ 6 ਦਸੰਬਰ 1956 ਈਸਵੀ ਵਿੱਚ ਇਹ ਸਵਰਗ ਸਿਧਾਰ ਗਏ ਚਲੋ ਅੱਗੇ ਵਧਿਏ ਅਗਲਾ ਪ੍ਰਸ਼ਨ ਸਾਰੇ ਜਹਾਂ세 ਅੱਛਾ ਕਵਿਤਾ ਕਿਸ ਦੀ ਰਚਨਾ ਹੈ ਤਾਂ ਬੱਚਿਓ ਇਸ ਦਾ ਸਹੀ ਉੱਤਰ ਹੈ ਮੁਹੰਮਦ ਇਕਬਾਲ ਇਨ੍ਹਾਂ ਬਾਰੇ ਥੋੜੀ ਜਾਣਕਾਰੀ ਲੋ ਇਨ੍ਹਾਂ ਦਾ ਜਨਮ 9 ਨਵੰਬਰ 1877 ईस्वी ਵਿੱਚ ਸਿਆਲਕੋਟ ਵਿਖੇ ਹੋਇਆ ਬੱਚਿਓ ਸਾਰੇ ਜਹਾਂ ਸੇ ਅੱਛਾ ਕਵਿਤਾ ਮੁਹੰਮਦ ਇਕਬਾਲ ਜੀ ਨੇ 1904 ਵਿੱਚ ਲਿਖੀ ਇਹ ਦੇਸ਼ ਪਿਆਰ ਦੀ ਇੱਕ ਗਜ਼ਲ ਹੈ ਇਸ ਨੂੰ ਗੈਰ ਰਸਮੀ ਤੌਰ ਤੇ ਭਾਰਤ ਦੇ ਰਾਸ਼ਟਰੀ ਗੀਤ ਦਾ ਦਰਜਾ ਪ੍ਰਾਪਤ ਹੈ ਧਿਆਨ ਨਾਲ ਸੁਣੋ ਬੱਚਿਓ ਇਸ ਨੂੰ ਗੈਰ ਰਸਮੀ ਤੌਰ ਤੇ ਭਾਰਤ ਦੇ ਰਾਸ਼ਟਰੀ ਗੀਤ ਦਾ ਦਰਜਾ ਪ੍ਰਾਪਤ ਹੈ ਚਲੋ ਅੱਗੇ ਵਧੀਏ ਅਗਲਾ ਪ੍ਰਸ਼ਨ ਅੱਠਵੇਂ ਦੇਸੀ ਮਹੀਨੇ ਦਾ ਨਾਂ ਕੀ ਹੈ ਤਾਂ ਬੱਚਿਓ ਆਪਾਂ ਪਹਿਲਾਂ ਸੱਤ ਦੇਸੀ ਮਹੀਨੇ ਬਾਰੇ ਪੜ ਚੁੱਕੇ ਹਾਂ ਤਾਂ ਉਹ ਸੱਤ ਮਹੀਨੇ ਤੁਹਾਡੇ ਸਾਹਮਣੇ ਨੇ ਚੇਤ ਵਿਸਾਖ ਜੇਠ ਹਾੜ ਸਾਉਣ ਪਾਦੋ ਹਾਂਜੀ ਤਾਂ ਬੱਚਿਓ ਸੱਤਵਾਂ ਆਪਣਾ ਜੋ ਦੇਸੀ ਮਹੀਨਾ ਹੈ ਉਹ ਹੈ ਪਾਦੋ ਤੇ ਅੱਗੋਂ ਅੱਠਵਾਂ ਉਹ ਹੈ ਦੇਸੀ ਮਹੀਨਾ ਆਪਣਾ ਕੱਤਕ ਇਸ ਮਹੀਨੇ ਬਾਰੇ ਥੋੜੀ ਜਾਣਕਾਰੀ ਲਓ ਇਹ ਮਹੀਨੇ ਦੇ 30 ਦਿਨ ਹੁੰਦੇ ਹਨ ਇਹ 15 ਅਕਤੂਬਰ ਤੋਂ 13 ਨਵੰਬਰ ਦੇ ਵਿਚਾਲੇ ਆਉਂਦਾ ਹੈ ਇਸ ਮਹੀਨੇ ਦੇ ਖਾਸ ਦਿਨਾਂ ਬਾਰੇ ਜਾਣਕਾਰੀ ਲੋ ਕਿ 6 ਅਕਤਕ ਨੂੰ ਗੁਰੂ ਹਰ राय ਜੀ ਜੋਤੀ ਜੋਤ ਸਮਾਏ ਸਨ ਅਤੇ 6 ਅਕਤਕ ਨੂੰ ਹੀ ਗੁਰੂ ਹਰਕ੍ਰਿਸ਼ਨ ਜੀ ਨੂੰ ਗੁਰਗੱਦੀ ਮਿਲੀ ਸੀ ਅਤੇ 7 ਅਕਤਕ ਨੂੰ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਸਨ ਚਲੋ ਅੱਗੇ ਵਧੀਏ ਅਗਲਾ ਪ੍ਰਸ਼ਨ ਰੋਮਨ ਅੰਕ ਪ੍ਰਣਾਲੀ ਵਿੱਚ 410 ਕਿਵੇਂ ਲਿਖਿਆ ਜਾਂਦਾ ਹੈ ਤਾਂ ਬੱਚਿਓ ਆਹ ਹੈ ਰੋਮਨ ਅੰਕ ਪ੍ਰਣਾਲੀ ਦਾ ਚਾਰਟ ਤਾਂ ਇਸ ਵਿੱਚ 410 ਨੂੰ CDX ਦੇ ਰੂਪ ਵਿੱਚ ਲਿਖਿਆ ਜਾਂਦਾ ਹੈ ਦੇਖੋ ਬੱਚਿਓ CD ਨੂੰ ਆਪਾਂ 400 ਲਿਖਦੇ ਹਾਂ ਤੇ X ਨੂੰ ਆਪਾਂ 10 ਲਿਖਦੇ ਹਾਂ ਤਾਂ ਟੋਟਲ 410 ਤਾਂ 410 ਨੂੰ CDX ਦੇ ਰੂਪ ਵਿੱਚ ਲਿਖਿਆ ਜਾਂਦਾ ਹੈ ਚਲੋ ਅੱਗੇ ਵਧੀਏ ਅਗਲਾ ਪ੍ਰਸ਼ਨ 60 ਸੈਂਟੀਮੀਟਰ ਵਿੱਚ ਕਿੰਨੇ ਫੁੱਟ ਹੁੰਦੇ ਹਨ ਹਾਂਜੀ ਬੱਚਿਓ 60 ਸੈਂਟੀਮੀਟਰ ਜੇ ਆਪਾਂ 30 ਸੈਂਟੀਮੀਟਰ ਦੀ ਗੱਲ ਕਰੀਏ ਤਾਂ 30 ਸੈਂਟੀਮੀਟਰ ਵਿੱਚ 1 ਫੁੱਟ ਹੁੰਦਾ ਹੈ ਤੇ 60 ਸੈਂਟੀਮੀਟਰ ਵਿੱਚ 2 ਫੁੱਟ ਹੁੰਦੇ ਹਨ ਚਲੋ ਅੱਗੇ ਵਧੀਏ ਆਓ ਬੁੱਝੀਏ ਤਾਂ ਬੱਚਿਓ ਅੱਜ ਦੀ ਬੁਝਾਰਤ ਹੈ ਧਿਆਨ ਨਾਲ ਸੁਣੋ ਚਿੱਟੇ ਜ਼ਮੀਨ ਕਾਲੇ ਛੋਲੇ ਹੱਥੀ ਬੀਜੇ ਮੂੰਹੋਂ ਬੋਲੇ ਹਾਂਜੀ ਬੱਚਿਓ ਬੁੱਝੋ ਬਹੁਤ ਵਧੀਆ ਹੈ ਅੱਜ ਦੀ ਬੁਝਾਰਤ ਚਿੱਟੇ ਜ਼ਮੀਨ ਕਾਲੇ ਛੋਲੇ ਹੱਥੀ ਬੀਜੇ ਮੂੰਹੋਂ ਬੋਲੇ ਹਾਂਜੀ ਦੇਖੋ ਰਾਜੇ ਚਿੱਟੇ ਰੰਗ ਦੀ ਜ਼ਮੀਨ ਦੇ ਉੱਪਰ ਕਾਲੇ ਰੰਗ ਦੇ ਛੋਲੇ ਨੇ ਠੀਕ ਹੈ ਹੱਥੀ ਬੀਜੇ ਨੇ ਯਾਨੀ ਹੱਥ ਨਾਲ ਬੀਜੋ ਤੇ ਮੂੰਹ ਨਾਲ ਉਸ ਨੂੰ ਬੋਲੋ ਹਾਂਜੀ ਤਾਂ ਇਸ ਦਾ ਸਹੀ ਉੱਤਰ ਹੈ ਅੱਖਰ ਚਲੋ ਅੱਗੇ ਵਧੀਏ ਅੱਜ ਦੇ ਸ਼ਬਦ ਤਾਂ ਬੱਚਿਓ ਅੱਜ ਦਾ ਪਹਿਲਾ ਸ਼ਬਦ ਹੈ ਸਮਾਲ ਸਮਾਲ ਹੁੰਦਾ ਹੈ ਛੋਟਾ ਆ ਦੇਖੋ ਤਸਵੀਰ ਅੱਜ ਦਾ ਦੂਸਰਾ ਸ਼ਬਦ ਹੈ ਲਾਰਜ ਲਾਰਜ ਹੁੰਦਾ ਹੈ ਵੱਡਾ ਅੱਜ ਦਾ ਤੀਸਰਾ ਸ਼ਬਦ ਹੈ ਫਰੈਸ਼ ਫਰੈਸ਼ ਹੁੰਦਾ ਹੈ ਤਾਜ਼ਾ ਅੱਜ ਦਾ ਚੌਥਾ ਸ਼ਬਦ ਹੈ ਸਟੇਲ ਸਟੇਲ ਹੁੰਦਾ ਹੈ ਬੇਹਾ ਅੱਜ ਦਾ ਪੰਜਵਾਂ ਸ਼ਬਦ ਹੈ ਡਰਟੀ ਡਰਟੀ ਹੁੰਦਾ ਹੈ ਗੰਦਾ